सत श्री अकाल जी भाई। अपने इत्थे साढ़े किलोमीटर दे विच विच कोई कणक नहीं डिगी जी किसी की भी। पता नहीं खाद खुद घट पाउंदे आ की गल आ। ते अपने जी इत्थे आ देखो जी अपनी कणक मेरी डिगी इत्थे किलोमीटर दो किलोमीटर दे विच विच। ये कणक बीज सी 303 ते हुण इहदा झाड़ भी फर्क पऊगा जी। आ देखो जिहड़े दाने थले आ गया जिन्हों हवा ना लगी इत्थे इहदा दाने खत्म ही ने। ते आ देखो जी इत्थे अपना दो किले थां सी घर कोले इह गिर गया सामने। ते बाकी चार किले उधर आ उहदे विच तग्गियां क्योंकि गिरियां ने। आ अगे सामने इस तों अगे इक होर किला अपना उह खड़ा है। बाकी तकरीबन कणक सारी खड़ी आ। ते इह पता नहीं 303 बीज वैसे तां गिरदा तां नहीं गिरिया अपने ही 303 बीज। तो इधर एक होर बीज खड़ा सामने ये बिल्कुल नहीं गिरिया ये भी थोड़ा दिखाते हैं। तो ये पता नहीं मेरी किस्मत में कोई नुक्स की गल आ फसल मेरी डिगनी है कि मैं रब नूं याद नहीं करता। बाकी तकरीबन आसे पासे सारिया फसल खड़िया ने ते नुकसान अपना ही होया जो भी होया। कल परसों की बारिश जी हुई आ गड़े भी पाया जी गड़िया भी बहुत ज़्यादा 15-20 मिनट गड़े भी लगे लाया रब ने। ਅਤੇ ਤਕਰੀਬਨ ਬਚਾਅ ਹੋ ਗਿਆ। ਬਾਕੀ ਕਣਕ ਦਾ ਤਾਂ ਆਪਣਾ ਜਿਹੜਾ ਨੁਕਸਾਨ 10-15 ਮਣ ਦਾ ਹੋ ਗਿਆ ਉਹ ਤਾਂ ਹੋ ਹੀ ਗਿਆ। ਅਤੇ ਬਾਕੀ ਮੈਂ ਆਪਣੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਰੱਬ ਨੂੰ ਯਾਦ ਜ਼ਰੂਰ ਕਰਿਆ ਕਰੋ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਨੂੰ ਯਾਦ ਕਰਿਆ ਕਰੋ ਕਿਉਂਕਿ ਆਪਣੇ 'ਚ ਕੋਈ ਆਪਣੇ ਵਾਹਿਗੁਰੂ ਕਿਰਪਾ ਰੱਖੇਗਾ। ਅਤੇ ਸਾਡੇ ਪਿਛਲੇ ਸਾਲ ਅਸੀਂ ਖੜੀ ਵੱਢੀ ਆ 3-4 ਸਾਲ ਬਾਅਦ। ਨਹੀਂ ਤਾਂ ਆਪਾਂ ਨੂੰ ਹਰੇਕ ਸਾਲ ਗਿਰੀ ਵੱਢਣੀ ਪੈਂਦੀ ਆ ਥੱਲੇ ਡਿੱਗੀ ਹੋਈ ਵੱਢਣੀ ਪੈਂਦੀ ਆ ਕਿਉਂਕਿ ਡਿੱਗੀ ਦਾ ਕੋਈ ਐਡਾ ਨੁਕਸਾਨ ਨਹੀਂ ਹੈਗਾ। ਬਾਕੀ ਜਿਹੜੇ ਦਾਣੇ ਥੱਲੇ ਆ ਜਾਂਦੇ ਨਾ ਉਹ ਦਾਣੇ ਹੋ ਜਾਂਦੇ ਬਰੀਕ ਜਿਹੜਾ ਥੱਲੇ ਪੈ ਗਿਆ। ਅਤੇ ਬਾਕੀ ਉੱਪਰ ਵਾਲਾ ਦਾਣਾ ਕੋਈ ਨੁਕਸਾਨ ਨਹੀਂ ਜਿਹਨੂੰ ਹਵਾ ਲੱਗਦੀ ਉਹਦਾ ਨਹੀਂ ਕੋਈ ਨੁਕਸਾਨ। ਜਿਹੜਾ ਜਿੱਦਾਂ ਉਹ ਸਾਹਮਣੇ ਉਹ ਵਰੋਲੇ ਨਾਲ ਪਈ ਆ ਤੁਹਾਨੂੰ ਦਿਖਾਉਂਦੇ ਨੇੜੇ ਜਾ ਕੇ ਆ ਜਿੱਦਾਂ ਵਰੋਲਾ ਲੱਗਿਆ ਪਿਆ ਇੱਥੇ ਇਹ ਜਿਹੜੇ ਵਿੱਚ ਆ ਗਿਆ ਆਹ ਵਾਲੇ ਆਹ ਵਾਲੇ ਸਿੱਟੇ ਜੀ ਇਹਨੇ ਕੀ ਦਾਣੇ ਦੇਣੇ ਆ ਦੱਸੋ ਜਿਹੜਾ ਵਿੱਚ ਆ ਗਿਆ। ਅਤੇ ਬਾਕੀ ਜੋ ਕਿਸਮਤ 'ਚ ਆਪਾਂ ਨੂੰ ਮਿਲ ਜਾਣਾ ਜਿਹੜਾ ਆਪਣੀ ਕਿਸਮਤ 'ਚ ਲਿਖਿਆ ਆਪਣੇ ਕਿਤੇ ਦੂਰ ਨਹੀਂ ਜਾਂਦਾ ਉਹ ਆਪਾਂ ਨੂੰ ਮਿਲੂਗਾ ਜੀ। ਭਾਅ ਜੀ ਲਾਉਣ ਲੱਗੇ ਸਟਿੱਕਰ ਕੰਬਾਈਨ ਨੂੰ ਸਟਿੱਕਰ ਲੈ ਅੱਜ ਕੱਲ੍ਹ ਪਰਸੋਂ ਦੇ ਆਏ ਪਏ ਆਪਣੇ ਅਤੇ ਲਾਉਣੇ ਅਸੀਂ ਅੱਜ ਆ। ਅਤੇ ਗੋਰਾ ਵੀ ਨਹੀਂ ਆਇਆ ਅਤੇ ਦੁੱਗਲ ਵੀ ਨਹੀਂ ਆਇਆ ਰਾਣਾ ਆਇਆ ਇਕੱਲਾ ਰਾਣੇ ਨੂੰ ਦਾਣੇ ਕੀ ਫੜਾਏ ਜਾਂਦੇ ਨੇ ਕੋਈ ਮੇਨ ਲਾਉਂਦੇ ਹਾਂ ਜੀ ਜਿਹੜੇ ਜਿਹੜੇ ਵਿੱਚ ਵਿੱਚ ਕਿਤੇ ਕਿਤੇ ਲਾਉਣੇ ਆ। ਅਤੇ ਤੁਹਾਨੂੰ ਸਟਿੱਕਰਾਂ ਬਾਰੇ ਜਾਣਕਾਰੀ ਦਿਆਂਗੇ ਬਹੁਤ ਵੀਰਾਂ ਨੂੰ ਪਤਾ ਹੈਗਾ ਸਟਿੱਕਰ ਬਾਰੇ ਵੀ ਕਿਸ ਤਰੀਕੇ ਨਾਲ ਲੱਗਦੇ ਆ ਇਹ। ਅਤੇ ਕੋਈ ਮੇਰੇ ਵਰਗਾ ਨੂੰ ਅਣਜਾਣ ਜਾਂ ਬੰਦਾ ਨੂੰ ਨਹੀਂ ਪਤਾ ਵੀ ਇਹ ਕਿਵੇਂ ਲੱਗਦੇ ਆ ਇਹ ਬਾਈ ਸਟਿੱਕਰ ਖਰਾਬ ਵੀ ਹੋ ਜਾਂਦੇ ਆ ਇਹ ਬਹੁਤ ਮਿਹਨਤ ਕਰਨੀ ਪੈਂਦੀ ਲਾਉਣ ਲੱਗੇ। ਅਤੇ ਜੇਕਰ ਆਪਾਂ ਸਟਿੱਕਰ ਲਿਆਉਣੇ ਆ ਨਵੇਂ ਤਾਂ ਸਟਿੱਕਰ ਆਪਾਂ ਨੂੰ ਮਿਲਣਗੇ 3500 ਦੇ 4000 ਦੇ ਕਿਉਂਕਿ ਉਹਨੇ ਦੇ ਸਟਿੱਕਰ ਆ ਅਤੇ ਉਨੀ ਲਵਾਈ ਆ ਹੁੰਦੀ। ਅਤੇ ਕਿਉਂਕਿ ਹੁਣ ਆਪਾਂ ਲਾਉਣੇ ਆਪ ਲਾਉਣੇ ਆ ਮਸ਼ੀਨ ਦਾ ਆਪਣਾ ਹੋਊਗਾ ਜੀ ਰੰਗ ਕੰਪਲੀਟ ਜਮਾ ਤਿਆਰ ਆ ਜੀ। ਅਤੇ ਕਟਦਰ ਕਟਰ ਵਿੱਚ ਵਿੱਚ ਰਹਿ ਗਿਆ ਇਹ ਹੁਣ ਆਪਾਂ ਮੰਗਾਇਆ ਰੰਗ ਐਤਕੀ ਤਾਂ ਅਸੀਂ ਲਾ ਲਾ ਕੇ ਅਤੇ ਸਾਨੂੰ ਪਤਾ ਵੀ ਕੀ ਹਾਲ ਹੋ ਗਿਆ ਸਾਡੇ। ਬਾਕੀ ਆਪਾਂ ਵਿੱਚ ਮੇਨ ਜਿਹੜਾ ਸਾਫ਼ ਸਾਫ਼ ਕੰਮ ਹੀ ਉੱਥੇ ਆਪਾਂ ਨੇ ਪੇਂਟ ਕੀਤਾ ਜਿਹੜਾ ਥੋੜ੍ਹਾ ਜਿਹਾ ਔਖਾ ਕੰਮ ਹੈ ਉਹ ਆਪਾਂ ਗੋਰੇ ਤੋਂ ਕਰਵਾਇਆ ਵੀ ਉਹ ਸੌਟ ਸੂਟ 'ਚ ਵੜ ਜਾਂਦਾ ਮੇਰੇ ਕੋਲ ਤਾਂ ਵਿੱਚ ਔਖੀ ਥਾਂ 'ਤੇ ਵੜਿਆ ਨਹੀਂ ਜਾਂਦਾ। ਅਤੇ ਹੁਣ ਆਪਾਂ ਜੀ ਸਟਿੱਕਰ ਪੱਟਣੇ ਆ ਪੱਟਾਂਗੇ ਅਤੇ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਸਟਿੱਕਰਾਂ ਬਾਰੇ ਵੀ ਕਿਹੜੇ ਤਰੀਕੇ ਨਾਲ ਲੱਗਦੇ ਆ। ਅਤੇ ਵੀਡੀਓ ਕਿਰਪਾ ਕਰਕੇ ਜ਼ਰੂਰ ਦੇਖਿਆ ਜੀ ਅਗਲੀ ਸਟਿੱਕਰ ਦੀ ਨੌਲੇਜ ਜਿਨ੍ਹਾਂ ਵੀਰਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਨੌਲੇਜ ਆ ਜਾਏਗੀ ਕਿਉਂਕਿ ਆਪਾਂ ਅੱਜ ਕੱਲ੍ਹ ਲੇਬਰਾਂ ਬਹੁਤ ਪੈਂਦੀਆਂ ਨੇ ਬਹੁਤ ਖਰਚੇ ਪੈਂਦੇ ਆ ਕਿਸੇ ਤਰ੍ਹਾਂ ਦੇ ਵੀ ਆਪਾਂ ਨੌਲੇਜ ਹਰੇਕ ਤਰ੍ਹਾਂ ਦੀ ਨੌਲੇਜ ਦਿੰਦੇ ਹਾਂ ਕੰਬਾਈਨਾਂ ਬਾਰੇ ਜਿੰਨੀ ਕੁ ਆਪਣੇ ਸਮਝ 'ਚ ਹੈਗੀ ਆ ਉਨੀ ਕੁ ਆਪਾਂ ਨੌਲੇਜ ਜ਼ਰੂਰ ਦਿੰਦੇ ਹਾਂ ਜਿਹੜੀ ਆਪਣੇ ਸਮਝ ਤੋਂ ਬਾਹਰ ਆ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਕਿਉਂਕਿ ਆਪਾਂ ਕਿਹੜਾ ਪੱਕੇ ਮਿਸਤਰੀ ਹਾਂ ਵੀ ਪੱਕੇ ਹਾਂ ਵੀ ਆਪਾਂ ਨੂੰ ਹਰੇਕ ਕੰਮ ਦਾ ਪਤਾ ਵੀ ਇੱਦਾਂ ਹੋਣਾ ਜਿੰਨੇ ਕੁ ਯੋਗ ਹੈਗੇ ਹੁਣ ਨਾ ਕੁ ਜ਼ਰੂਰ ਦੱਸਦੇ ਹਾਂ ਤੁਹਾਨੂੰ ਅਤੇ ਜ਼ਰੂਰ ਜਾਣਕਾਰੀ ਦਿੰਦੇ ਹੁੰਦੇ ਹਾਂ। ਹੁਣ ਆਪਣੇ ਲਾਉਣਾ ਸਟਿੱਕਰ ਜਿੰਨਾ ਕੁ ਆਪਾਂ ਨੂੰ ਪਤਾ ਸਟਿੱਕਰਾਂ ਬਾਰੇ ਜੀ ਉਨੀ ਕੁ ਤੁਹਾਨੂੰ ਨੌਲੇਜ ਜ਼ਰੂਰ ਦਿਆਂਗੇ। ਅਤੇ ਅੱਗੇ ਤੁਹਾਡੀ ਜੇ ਤੁਸੀਂ ਲਾਉਣਾ ਲਾ ਸਕਦੇ ਜੀ ਅਤੇ ਉਹ ਤੁਹਾਡੇ 'ਤੇ ਡਿਪੈਂਡ ਆ ਜੀ। ਅਤੇ ਕਿਸੇ ਵੀ ਨੇ ਪੇਂਟ ਕਰਨਾ ਤਾਂ ਰੰਗ ਬਾਈ ਜੀ 15-18 ਹਜ਼ਾਰ ਦੇ ਵਿੱਚ ਵਿੱਚ ਲੱਗਦਾ ਜੀ ਕੰਬਾਈਨ ਨੂੰ ਜੇਕਰ ਆਪਾਂ ਰੰਗ ਕਰਨਾ ਤਾਂ ਜੇ ਸਹੀ ਤਰੀਕੇ ਨਾਲ ਰੰਗ ਕਰਨਾ ਨਾ ਅਸੀਂ ਅਜੇ ਫਿਰ ਵੀ ਵਿੱਚ ਵਿੱਚ ਕਿਤੇ ਕਿਤੇ ਦੇਖੋ
ਪ੍ਰਾਈਮਰ ਨਹੀਂ ਮਾਰਿਆ, ਉਹ ਕਟਰ ਦੇ ਸਾਹਮਣੇ ਤੁਹਾਨੂੰ ਦਿਖਦਾ, ਅਤੇ ਕਿਤੇ ਕਿਤੇ ਪ੍ਰਾਈਮਰ ਮਾਰਿਆ, ਪ੍ਰਾਈਮਰ ਅਸੀਂ ਮਾਰਿਆ ਜੀ 3 ਲੀਟਰ, ਅਤੇ ਬਾਕੀ ਪੇਂਟ ਹੀ ਲਾਇਆ। ਅਤੇ ਜੇਕਰ ਆਪਾਂ ਸਾਰਾ ਪ੍ਰਾਈਮਰ ਮਾਰੀਏ ਇਹਨੂੰ, ਅਤੇ ਪੇਂਟ ਪਰ ਪੂਰਾ ਕਰੀਬ ਥੱਲੇ ਨਾਲ ਰੁਪਈਆ ਜੀ 20,000 ਖਰਚਾ ਆਉਂਦਾ ਜੀ ਸਟਿੱਕਰ ਵਿੱਚ ਪਾ ਕੇ, ਅਤੇ ਆਪਣਾ ਤਾਂ ਸਟਿੱਕਰ ਟੁੱਕਰ ਪਾ ਕੇ 18,000 ਰੁਪਈਆ, ਕਿਉਂਕਿ ਆਪਣੇ ਪ੍ਰਾਈਮਰ ਨਹੀਂ ਨਾ ਮਾਰਿਆ ਵਿੱਚ। ਆਪਣੇ ਬਾਈ ਪੁੱਛਦੇ ਵੀ ਰਾਣੇ ਦਾ ਪਿੰਡ ਕਿਹੜਾ ਹੈ, ਦੱਸਦੇ ਤੂੰ ਦੱਸਦੇ ਹੁਣ, ਮੈਂ ਇੰਨੇ 'ਚ ਰਹਿ ਗਿਆ ਮੇਰੇ ਨਾਲ ਰਹਿੰਦੇ ਨੂੰ, ਹੁਣ ਕਈਆਂ ਨੂੰ ਪਤਾ ਨਹੀਂ ਲੱਗਾ ਪਿੰਡ ਦਾ। ਪਿੰਡ ਕਿਹੜਾ ਤੇਰਾ? ਚਕਜੀਤ ਸਿੰਘ ਵਾਲਾ। ਇੱਧਰ ਮੁਕਰ ਕੇ ਦੱਸ ਕਿਹੜਾ? ਚਕਜੀਤ ਸਿੰਘ ਵਾਲਾ। ਮੇਰਾ ਪਿੰਡ ਕਿਹੜਾ ਹੈ? ਤੇਰਾ ਪਿੰਡ ਉਹ ਹੈ। ਹੈਂ? ਤਾਂ ਫਿਰ ਇਹੀ ਨਹੀਂ ਆ ਸਕਦਾ, ਮੇਰਾ ਉਹੀ ਪਿੰਡ ਹੈ ਜਿਹੜਾ ਬਿੱਟੂ ਦਾ। ਤੇਰਾ ਕਿਹੜਾ ਪਿੰਡ ਹੈ? ਜਿਹੜਾ ਪਿੰਡ ਬਿੱਟੂ ਹੈ। ਨਹੀਂ, ਤੇਰਾ ਪਿੰਡ ਦਾ ਨਾਂ ਕੀ ਹੈ? ਚਕਜੀਤ ਸਿੰਘ ਵਾਲਾ। ਹੈ ਨਾ ਬੋਲ, ਚਕਜੀਤ ਸਿੰਘ ਵਾਲਾ। ਕੁਛ ਸਮਝ ਲੱਗੀ ਜੇ ਬਾਈ ਤੁਹਾਨੂੰ? ਜੇ ਲੱਗੀ ਤਾਂ ਜ਼ਰੂਰ ਕਮੈਂਟ 'ਚ ਦੱਸਿਆ ਜੇ। ਅਤੇ ਇੱਕ ਵਾਰੀ ਹੋਰ ਦੱਸ ਕਿਹੜਾ ਪਿੰਡ ਹੈ? ਚਕਜੀਤ ਸਿੰਘ ਵਾਲਾ। ਬਾਕੀ ਸਮਝ ਲੱਗੇ ਜ਼ਰੂਰ ਦੱਸਿਆ ਜੇ, ਮੈਨੂੰ ਤਾਂ ਸਮਝ ਲੱਗਦੀ ਵੀ ਕਿਹੜਾ ਪਿੰਡ ਹੈ ਇਹਦਾ। ਬਾਕੀ ਅਸੀਂ ਰੰਗ ਦਾ ਤਾਂ ਪੰਗਾ ਹੀ ਲਿਆ, ਅਸੀਂ ਆਖਾਂ ਚੱਲ 2-4 ਹਜ਼ਾਰ ਨਾਲ ਸਰ ਜਾਵੇ ਰੰਗ ਦਾ, ਸਾਨੂੰ ਪਤਾ 5,000 ਦਾ ਇੱਕ ਵਾਰ ਲਿਆਏ ਅਸੀਂ ਰੰਗ, ਅਤੇ 5,000 ਨਾਲ ਅਸੀਂ ਵਿੱਚ ਬਸ ਹੁਣ ਨਹੀਂ ਆਪਾਂ ਲੋੜ ਪੈਂਦੀ, ਹੁਣ ਤਕਰੀਬਨ ਨਿਬੜ ਜਾਏਗਾ। ਉਹ 5,000 ਛੱਡ ਕੇ ਸਾਨੂੰ ਠੁੱਕਿਆ 12,000 'ਚ ਰੰਗ, 12 ਤੇ 5 17, ਯਾਨੀ ਕਿ 18-19,000 ਰੁਪਏ ਖਰਚਾ ਆ ਗਿਆ ਜੀ ਆਪਾਂ ਆਪ ਪੇਂਟ ਕੀਤਾ ਜਿਹੜਾ ਸਟਿੱਕਰ ਟੁੱਕਰ ਪਾ ਕੇ, ਅਤੇ ਇਹਦੇ ਵਿੱਚ ਰਹਿ ਗਿਆ ਜੀ 2 ਕੁ ਲੀਟਰ ਹੋਰ ਲਿਆਉਣਾ ਪੈਣਾ। ਤੂੰ ਰਾਣਾ ਆ ਕੱਲ੍ਹ ਨੂੰ ਤੈਨੂੰ ਗੰਢ ਫੜਾ ਦਾਂਗਾ ਸਾਰੀ, ਅੱਗੋਂ ਕੋ ਰੰਗ ਮਾਰਨੇ ਮਸ਼ੀਨ ਨੂੰ ਇਹਨੂੰ ਕੱਢਣ ਨੂੰ, ਚੰਗਾ? ਹਾਂ ਮਾਰਦਾਂਗਾ। ਰਾਣਾ ਆ ਗਿਆ ਅੱਜ ਦਿਨ ਵਾਹ ਵਾਲਾ, ਹੈ ਤੂੰ ਅੱਜ ਲੇਟ ਹੀ ਆਇਆ ਨਾਲੇ, ਹਾਂਜੀ ਦਿਨ ਵਾਹ ਵਾਲਾ ਹੈ। ਹਾਂ ਆਟਾ ਲੈਣਾ ਸੀ, ਆਟਾ ਹੋਰ ਬੰਦੇ ਥੋੜ੍ਹੇ ਗਏ ਬੂਟੇ ਨਾਲ, ਉਹ ਲੈ ਜਾਂਦਾ ਆਟਾ, ਇਹ ਤਾਂ ਤੂੰ ਹੀ ਲਿਆਉਣਾ ਸੀ ਆਟਾ। ਹੈਂ? ਹੈ ਅਤੇ ਦੂਜਾ ਗੋਰੀ ਨਹੀਂ ਆਇਆ ਕਿੱਧਰ? ਅਤੇ ਤੇਰਾ ਕਮੈਂਟ ਜਿਹਾ ਆਇਆ ਰਾਣਾ, ਕਮੈਂਟ? ਹੈਂ ਇੱਧਰ ਮੁੱਕ ਕਰ, ਕਮੈਂਟ ਆਇਆ ਤੇਰਾ ਇੱਕ? ਉਹ ਆਇਆ ਵੀ ਰਾਣੇ ਨੂੰ ਚਿਕਨ ਚੁਕਨ ਖਵਾਓ, ਵੀ ਚਿਕਨ ਖਵਾ, ਚਿਕਨ ਪਤਾ ਕੀ ਕਿਹਨੂੰ ਆਉਂਦੇ ਨੇ? ਹੈਂ ਹੈਂ ਪਨੀਰ ਨੂੰ, ਪਨੀਰ ਨੂੰ ਆਉਂਦੇ ਨੇ, ਬੁੱਕਲ ਹੋ ਗਿਆ। ਅੱਛਾ ਅਤੇ ਤੇਰਾ ਕੀ ਵਿਚਾਰ ਹੈ ਉਹਦੇ ਬਾਰੇ? ਹੈਂ ਤੇਰਾ ਕੀ ਵਿਚਾਰ ਹੈ? ਖਾ ਲੈ ਨਾਨਾ, ਚਲ ਫਿਰ ਤਾਂ ਠੀਕ ਹੈ। ਤਾਂ ਉਹਨੂੰ ਤੁਸੀਂ ਆਖਣਾ ਕਮੈਂਟ 'ਚ ਵੀ ਬਾਈ ਤੁਸੀਂ ਚਿਕਨ ਬਾਰੇ ਤੁਸੀਂ ਦੱਸਦੇ ਜੇ, ਮੈਨੂੰ 10 ਸਾਲ ਦਾ ਜਦੋਂ ਤਾਂ ਖਾਣ ਲੱਗਾ ਮੈਂ, 10 ਤੋਂ 35 ਸਾਲ ਤਾਂ ਆ ਗਿਆ ਚਿਕਨ ਖਰਾ, ਚਿਕਨ ਹੋ ਸੁੱਕ ਗਿਆ ਤਾਂ ਮੈਂ ਨਹੀਂ ਮੋਟਾ ਆਇਆ, ਹੈ ਨਾ ਮੋਟਾ ਆ ਜਾ ਚਿਕਨ ਖਾ ਕੇ, ਚਿਕਨ ਨਾਲ ਬਾਈ ਨੂੰ ਕੋਈ ਫਰਕ ਫੁਰਕ ਨਹੀਂ ਪੈਂਦਾ ਰਾਣੇ ਨੂੰ, ਰਾਣੇ ਦਾ ਜੇ ਖਾਵੇਗਾ ਤਾਂ 3 ਵਾਰ ਤਾਂ ਫਲੱਸ਼ ਜਾਣਾ ਹੁੰਦਾ, ਜੇ ਦਿਹਾੜੀ ਚਿਕਨ ਇੱਕ ਵਾਰੀ ਖਾ ਲੇਗਾ ਤਾਂ ਇਵੇਂ ਗੱਲ ਹੈ ਰਾਣਾ, ਇਵੇਂ ਗੱਲ ਹੈ ਨਾ। ਅਤੇ ਆਪਾਂ ਅੱਜ ਸਟਿੱਕਰ ਲਾਈਏ ਮਸ਼ੀਨ ਨੂੰ, ਗੋਰੀ ਨੂੰ ਫੋਨ ਤਾਂ ਕਰੀਏ ਵੀ ਆ ਜਾ, ਤੂੰ ਕਰ ਹਾਂ ਫੋਨ ਉਹਨੂੰ ਕਿ ਨਹੀਂ ਕਰ ਸਕਦਾ ਤੂੰ? ਠੀਕ ਇਹ ਨਾ ਤਾਰਾਂ ਲਾਣਾ ਵੀ ਉੱਤੇ ਵਾਸ ਨਾ ਰੇਖ ਦੇ ਪਾਈਆਂ ਵੀ, ਚੰਗਾ ਹੋਰ ਤਾਂ ਹੀ ਠੀਕ ਰਹਿਣਾ, ਜੇ ਤੂੰ ਵਿੱਚੋਂ ਛੱਡ ਤੇ ਫਿਰ ਗੱਲ ਬਣਨੀ ਨਹੀਂ, ਚੰਗਾ ਠੀਕ ਸਿੱਧੀਆਂ ਕਰ ਕਸੀ ਆ, ਬਾਕੀ ਆ ਜਿਹੜੀਆਂ ਸਿੱਧੀਆਂ ਵੀ ਕੀਤੀਆਂ ਨਾਲ ਲਗਵੇਂ, ਕਿੰਨੀਆਂ ਤਾਰਾਂ ਰਹਿ ਗਈਆਂ, ਕਿੰਨੀਆਂ ਕਾਸ ਨਹੀਂ ਜੀ? ਹੈਂ ਕਿੰਨੀਆਂ ਕੁ ਰਹਿ ਗਈਆਂ? ਅੱਛਾ ਆ ਜੀ ਆਪਾਂ ਕਟਰ ਬਾਰੇ ਤੁਹਾਨੂੰ ਦੱਸਣ ਲੱਗਿਆ ਵੀ ਕਟਰ ਆਪਾਂ ਮਸ਼ੀਨ ਲਿਆਉਂਦੀ ਹੈ, ਕਿਸੇ ਅਣਜਾਣ ਬੰਦੇ ਨੇ ਚਾਦਰ ਲਾਈ ਹੈ ਜੀ ਇਹਦੀ, ਅਤੇ ਇਹ ਹੁਣ ਆਪਾਂ ਜੀ ਆਪਣੇ ਕੋਲ ਮਸ਼ੀਨ ਰਹੀ ਇਸ ਲਾ ਕੇ, ਅਤੇ ਆਪਾਂ ਵੈਸੇ ਤਾਂ ਸੇਲ ਨਹੀਂ ਕਰਨੀ, ਜੇ ਬਾਈ ਚਾਂਸ ਹੁੰਦੀ ਆ ਸੇਲ ਤਾਂ ਆਪਾਂ ਜ਼ਰੂਰ ਕਰਾਂਗੇ, ਅਤੇ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਆਪਾਂ ਕਿੰਨਾ ਖਰਚਾ ਕਰ ਚੁੱਕੇ ਹਾਂ ਇਹਦੇ ਉੱਤੇ, ਮਸ਼ੀਨ 'ਤੇ ਬਹੁਤ ਖਰਚਾ ਹੋ ਚੁੱਕਿਆ ਆਪਣਾ, ਬਹੁਤ ਜ਼ਿਆਦਾ ਖਰਚਾ ਹੋ ਗਿਆ, ਅਤੇ ਹੁਣ ਤੁਹਾਨੂੰ ਪਤਾ ਵੀ 25-30 ਹਜ਼ਾਰ ਹੋਰ ਮਹਿੰਗੀ ਜਾਊਗੀ। ਆਹ ਦੇਖੋ ਜੀ ਆਹ ਚਾਦਰ ਹੈਗੀ ਆ ਜੀ ਪਹਿਲੋਂ ਵਾਲੀ, ਆਹ ਲੱਗੀ ਹੋਈ ਆ,
ਪਹਿਲਾਂ ਨੇ ਆ ਉੱਪਰ ਬੰਦੇ ਨੇ ਕਿਸੇ ਨੇ ਉੱਦਾਂ ਹੀ ਲਾ ਦਿੱਤੀ ਹੈ, ਯਾਨੀ ਕਿ ਚੱਕ ਕੇ ਉੱਪਰ ਹੈ। ਇਹ ਚਾਦਰ ਦੀ ਸੈਟਿੰਗ ਨਹੀਂ ਹੈਗੀ, ਚਾਦਰ ਦੀ ਸੈਟਿੰਗ ਹੁਣ ਆਪਾਂ ਸੀਜ਼ਨ ਲਾ ਕੇ ਫਿਰ ਕਰਾਂਗੇ ਜੀ। ਆਹ ਦੇਖੋ ਆਹ ਕਿੰਨੀ ਉੱਪਰ ਚਾਦਰ ਲੱਗੀ ਇੱਧਰੋਂ, ਆਹ ਤਾਂ ਪੁਰਾਣੀ ਹੈ ਚਾਦਰ ਏਜੰਸੀ ਦੀ ਲੱਗੀ ਹੈ ਜਿਹੜੀ, ਉਸ ਤੋਂ ਬਾਅਦ ਇੱਕ ਹੋਰ ਲੱਗੀ ਹੈ ਥੱਲੇ, ਅਤੇ ਯਾਨੀ ਕਿ ਚਾਦਰ ਬਿਲਕੁਲ ਸਹੀ ਆ। ਅਤੇ ਉਹ ਆਪਾਂ ਹੁਣ ਇਹ ਪੱਟਣੀ ਆ ਚਾਦਰ, ਦੇਖੋ ਜੀ ਵਿੱਚ ਬਿਲਕੁਲ ਸਹੀ ਚਾਦਰ ਆ ਇਹ ਜਿਹੜੀ ਵਿੱਚ ਲੱਗੀ ਹੋਈ ਆ, ਯਾਨੀ ਕਿ ਕਿਸੇ ਬੰਦੇ ਨੇ ਪੱਟਣ ਮਿਹਨਤ ਕਰਨ ਦੀ ਬਜਾਏ ਉਹਨੇ ਉੱਪਰ ਹੀ ਲਾ ਦਿੱਤੀ ਆ। ਰਾਣਾ ਅੱਜ ਤਾਂ ਜਾ ਮੇਲੇ ਜਾਏਗਾ ਫਿਰ, ਚੱਲੇ ਗੱਡੀ ਚੱਲੀ ਟਰੈਕਟਰ ਲੈ ਚੱਲੀ, ਕੱਲ੍ਹ ਦਾ ਟਰੈਕਟਰ ਲੈ ਗਏ ਅੱਜ ਫਿਰ ਮੇਲਾ ਆਪਣੇ ਜੀ। ਤੇਰਾ ਕਿੰਨੇ ਦਿਲ ਕਰਦਾ ਮੋਟਰਸਾਈਕਲ ਜਾਣਾ ਚਾਹੁੰਦਾ ਇੱਕ ਟਰੈਕਟਰ ਤੇ ਇੱਕ ਗੱਡੀ ਤੇ? ਟਰੈਕਟਰ ਫਿਰ ਤੁਹਾਨੂੰ ਗਾਣੇ ਲਾ ਫੁੱਲ ਆਵਾਜ਼ ਕਰਕੇ। ਹਾਂ ਤੂੰ ਆਪਣੇ ਵੀਰਾਂ ਨੂੰ ਕੀ ਕਹਿਣਾ ਚਾਹੁੰਦਾ ਵੀਡੀਓ ਬਾਰੇ? ਕੁਛ ਤਾਂ ਕਹਿਣਾ ਚਾਹੁੰਦਾ ਵੀ ਚੈਨਲ ਵੇਖਿਆ ਕਰੋ ਕਿ ਨਾ ਵੇਖਿਆ ਕਰੋ, ਵੀਡੀਓ ਵੇਖਿਆ ਕਰੋ ਤੇ ਤੂੰ ਵੀ ਬੋਲਿਆ ਕਰਨਾ ਤਾਂ ਹੀ ਵੀਡੀਓ ਆਪਣੇ ਦੇਖਣਗੇ, ਜੇ ਆਪਾਂ ਬੋਲੇ ਨਾ ਵਿੱਚ ਤੇ ਫਿਰ ਕਿੱਥੋਂ ਦੇਖਦੇ ਪਏ? ਨਾਲ ਉੱਚੀ ਬੋਲਿਆ ਕਰ ਥੋੜ੍ਹਾ ਜਿਹਾ, ਠੀਕ ਹੈ। ਤੇ ਹੁਣ ਆਪਣਾ ਲੱਗਣਾ ਸੀਜ਼ਨ, ਹੈ ਸੀਜ਼ਨ ਆ ਗਿਆ ਨੇੜੇ ਆਪਣੇ, 15 ਦਿਨ ਚੱਲ ਪਊਗਾ ਤੇ ਤੂੰ ਘਰੇ ਜਾਵੇਂ ਕਰੇਗਾ ਕਿ ਇੱਥੇ ਰਹਿ ਕਰੇਗਾ? ਜੇ ਘਰੇ ਤੇ ਦਿਲ ਕੀਤਾ ਮੈਂ ਪਿੰਡ ਜਾਣਾ ਤਾਂ ਫਿਰ ਫਿਰ ਟਾਈਮ ਆ ਜਾਇਆ ਕਰੇਗਾ? ਹਾਂ ਨਟ ਖੋਲੀ ਜਾਂਦਾ ਕਿੰਨੇ? 2 ਤਾਰਾ ਕਾਸਤੀ ਬੜੀ ਯਾਰ ਹਿੰਮਤ ਮਾਰੀ ਰਾਣੇ ਨੇ, ਕਮਾਲ ਹੀ ਕਰਦੀ ਤੇ ਨਾਲ ਦੂਜੀ ਚਾਬੀ ਉੱਤੋਂ ਨਾਟਕਾ ਹੀ ਰਹਿੰਦਾ ਪੀ ਤੂੰ ਫਿਰ ਥੱਲੋਂ ਲੱਗ ਪੈਣਾ, ਤੈਨੂੰ ਕਿੰਨਾ ਰੇ ਆਖਿਆ ਵੀ ਉੱਤੋਂ ਨਾਟਕਾ ਸਿਆ ਕਰ, ਫਿਰ ਜਦੋਂ ਟਾਇਟ ਕਰਨਾ ਉਦੋਂ ਥੱਲੋਂ ਕਰਿਆ ਕਰੋ, ਕੋਈ ਹੱਥਾਂ 'ਚ ਆਹਰਾ ਵੀ ਕਰ ਲੈ ਸਰੀਰ 'ਚ, ਲੰਮਾ ਪੈ ਕੇ ਸਟਿੱਕਰ ਖੋਲਣ ਲੱਗਾ ਆਹ ਲੈਂਦੇ ਜੀ ਆਪਾਂ ਸਟਿੱਕਰ, ਅਤੇ ਸਟਿੱਕਰ ਦੇਖ ਲਓ ਬਹੁਤ ਜ਼ਿਆਦਾ ਨੇ ਸਟਿੱਕਰ ਇਹਦੇ 'ਚ, ਲੰਮਾ ਕਰ ਖਰਾਬ ਨਾ ਕਰੀ ਆ ਪਾਸੇ ਕਰ ਗੱਤਾ ਜਾਂ। ਆ ਜੀ ਸਟਿੱਕਰ ਆਇਆ ਅਤੇ ਆਪਾਂ ਹੁਣ ਲਾਉਣੇ ਆ, ਅਤੇ ਇਹ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦਿਖਾਵਾਂਗੇ ਸਟਿੱਕਰ ਵੀ ਕਿਹੜੇ ਤਰੀਕੇ ਨਾਲ ਲਾਏ ਜਾਂਦੇ ਆ, ਕਿਵੇਂ ਲੱਗਦੇ ਆ। ਨਿਊ ਮਥਾੜੂ ਇੱਕ ਆਇਆ ਜੀ ਵਿੱਚ, ਇਹ 5000 ਦਾ ਹੈ ਸਟਿੱਕਰ ਆਪਣੇ, ਬਾਕੀ ਆਹ ਗਰੀਸ ਗਰੂਸ ਚਾਣਾ ਚੂਣਾ ਵਾਲਾ ਜਗਾੜ ਆ ਸਾਰਾ ਆਹੀ ਆ, ਆਹ ਕੱਟ 'ਤੇ ਲੱਗਣ ਵਾਲਾ ਜੀ, ਬਾਕੀ ਹੋਰ ਵਿੱਚ ਬਹੁਤ ਸਟਿੱਕਰ ਜ਼ਿਆਦਾ ਨੇ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ। ਇਹਦੇ 'ਚ ਮੇਰੇ ਖਿਆਲ 'ਚ ਇੰਸਟਾਗ੍ਰਾਮ ਵਾਲੇ ਵਿੱਚ ਹੈਗੇ ਆ ਜੀ, ਨੰਬਰ ਹੈ ਜੀ ਉਹਨਾਂ ਦਾ, ਬਾਕੀ ਆਹ ਇੰਸਟਾਗ੍ਰਾਮ ਆ ਮਥਾੜੂ ਵਾਲਿਆਂ ਦਾ ਹੈਗਾ ਜੀ ਨਾਂ, ਫਿਰੋਜ਼ਪੁਰ ਇੰਸਟਾਗ੍ਰਾਮ ਵਾਲੇ ਜੀ, ਆਹ ਫੇਸਬੁੱਕ ਵਾਲਾ ਜੀ।